ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਸਤਿ ਸ੍ਰੀ ਅਕਾਲ ਜੀ, ਰੇਜ਼ਿੰਗ ਵਾਇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਗੁਰਦੀਪ ਸਿੰਘ। ਭਾਰਤੀ ਹਵਾਈ ਸੈਨਾ ਦੀ ਤਾਕਤ ਵਿੱਚ ਹੋਇਆ ਹੋਰ ਵਾਧਾ, ਮਿਲ ਚੁੱਕਾ ਹੈ ਰਫੇਲ। ਸਿੱਖ ਕੈਪਟਨ ਹਰਕੀਰਤ ਸਿੰਘ ਨੇ ਕਰਵਾਈ ਪਹਿਲੇ ਰਫੇਲ ਦੀ ਲੈਂਡਿੰਗ। 41 ਸਾਲ ਬਾਅਦ ਅੰਬਾਲਾ ਵਿੱਚ ਸਿਰਜਿਆ ਗਿਆ ਇਤਿਹਾਸ, ਲੈਂਡ ਕਰ ਚੁੱਕਾ ਹੈ ਰਫੇਲ। ਲੰਮੇ ਸਮੇਂ ਤੋਂ ਰਫੇਲ ਜਹਾਜ਼ ਦੀ ਉਡੀਕ ਸੀ, ਉਹ ਅੱਜ ਭਾਰਤ ਪਹੁੰਚ ਚੁੱਕਾ ਹੈ। ਫਰਾਂਸ ਤੋਂ ਭਾਰਤ ਆ ਰਹੇ 5 ਰਫੇਲ ਲੜਾਕੂ ਜਹਾਜ਼ ਬੁੱਧਵਾਰ ਜਾਣੀ ਕਿ ਅੱਜ ਅੰਬਾਲਾ ਏਅਰਬੇਸ 'ਤੇ ਪਹੁੰਚ ਚੁੱਕੇ ਨੇ। ਰਫੇਲ ਲੜਾਕੂ ਜਹਾਜ਼ ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ UAE ਰੁਕੇ, ਉੱਥੋਂ ਹੀ ਭਾਰਤ ਲਈ ਰਵਾਨਾ ਹੋਏ। ਅੰਬਾਲਾ ਏਅਰਬੇਸ 'ਤੇ ਏਅਰ ਚੀਫ ਮਾਰਸ਼ਲ RKS ਭਦੌਰੀਆ ਨੇ ਇਹਨਾਂ ਨੂੰ ਰਿਸੀਵ ਕੀਤਾ। 5 ਜਹਾਜ਼ਾਂ ਵਿੱਚ ਸਭ ਤੋਂ ਪਹਿਲਾਂ ਜਹਾਜ਼ 12ਵੀਂ ਗੋਲਡਨ ਏਰੋ ਸਕੁਆਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਸਿੱਖ ਕੈਪਟਨ ਹਰਕੀਰਤ ਸਿੰਘ ਨੇ ਲੈਂਡ ਕਰਵਾਇਆ। ਇਸ ਤੋਂ ਬਾਅਦ ਇੱਕ ਇੱਕ ਕਰਕੇ 4 ਰਫੇਲ ਜਹਾਜ਼ਾਂ ਨੇ ਲੈਂਡ ਕੀਤਾ। ਦੱਸ ਦਈਏ ਕਿ ਹਰਕੀਰਤ ਸਿੰਘ ਸ਼ੌਰੀਆ ਚੱਕਰ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਨੇ। ਉਹ ਭਾਰਤੀ ਹਵਾਈ ਫੌਜ ਦੇ ਜਾਂਬਾਜ਼ ਪਾਇਲਟ ਹਨ। ਉਹਨਾਂ ਨੇ 12 ਸਾਲ ਪਹਿਲਾਂ MiG-21 ਦੀ ਵੀ ਸੁਰੱਖਿਅਤ ਲੈਂਡਿੰਗ ਕਰਵਾਈ ਸੀ। ਹਰਕੀਰਤ ਸਿੰਘ ਨੇ MiG-21 ਦੇ ਇੰਜਨ ਵਿੱਚ ਆਈ ਖਰਾਬੀ ਦੇ ਬਾਵਜੂਦ ਵੀ ਬਹਾਦਰੀ ਨਾਲ ਨਾ ਸਿਰਫ ਖੁਦ ਨੂੰ ਬਚਾਇਆ, ਸਗੋਂ MiG-21 ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਹੋਣ ਦਿੱਤਾ। ਉਹ ਕੈਪਟਨ ਹਰਕੀਰਤ MiG-21 ਦੇ ਅਜਿਹੇ ਪਾਇਲਟ ਨੇ ਜਿਨ੍ਹਾਂ ਦੀ ਫਲਾਇੰਗ ਦਾ ਲੋਹਾ ਅੱਜ ਤੱਕ ਉਹਨਾਂ ਦੇ ਸਾਥੀ ਅਤੇ ਜੂਨੀਅਰ ਵੀ ਮੰਨਦੇ ਨੇ। ਹਰਕੀਰਤ ਸਿੰਘ ਨੇ 23 ਸਤੰਬਰ 2008 ਦੀ ਰਾਤ ਨੂੰ ਅਜਿਹੇ ਕ੍ਰੈਸ਼ ਹੋਣ ਨੂੰ ਬਚਾਇਆ ਸੀ, ਜਿਸ ਨੇ ਉਹਨਾਂ ਨੂੰ IAF ਦੇ ਬਹਾਦਰ ਪਾਇਲਟਾਂ ਦੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਰਫੇਲ ਲਈ ਹੁਣ ਤੱਕ 15 ਤੋਂ 17 ਪਾਇਲਟ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ। ਅਜਿਹੀਆਂ ਖਬਰਾਂ ਵੀ ਹਨ ਕਿ ਅੰਬਾਲਾ ਪਹੁੰਚਣ ਦੇ ਬਾਅਦ ਵੀ ਰਫੇਲ ਆਪਰੇਸ਼ਨ ਲਈ ਤਾਇਨਾਤ ਕੀਤੇ ਜਾ ਸਕਦੇ ਨੇ। ਭਾਰਤ ਨੇ ਹਵਾਈ ਫੌਜ ਲਈ 36 ਰਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59,000 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਪੈਰਿਸ ਵਿੱਚ ਭਾਰਤੀ ਦੂਤਘਰ ਨੇ ਇੱਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ ਸਿਰ ਪੂਰੀ ਹੋ ਗਈ ਹੈ ਅਤੇ ਇਹਨਾਂ ਵਿੱਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿੱਚ ਹੀ ਰੁਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖੀਰ ਤੱਕ ਪੂਰੀ ਹੋ ਜਾਏਗੀ। ਅੱਜ ਅੰਬਾਲਾ ਏਅਰਵੇਸ ਦੇ ਰਨਵੇ 'ਤੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ, ਜਦੋਂ ਫਰਾਂਸ ਤੋਂ ਖਰੀਦੇ ਜਾ ਰਹੇ 36 ਰਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ 5 ਜਹਾਜ਼ ਬੁੱਧਵਾਰ ਦੁਪਹਿਰ ਅੰਬਾਲੇ ਦੇ ਹਵਾਈ ਫੌਜ ਏਅਰਬੇਸ ਪਹੁੰਚੇ। ਇੱਥੇ ਹਵਾਈ ਫੌਜ ਦੇ ਮੁਖੀ RKS ਭਦੌਰੀਆ ਨੇ ਉਹਨਾਂ ਦੀ ਅਗਵਾਈ ਕੀਤੀ। ਇਸ ਮੌਕੇ ਏਅਰ ਚੀਫ ਮਾਰਸ਼ਲ BS ਧਨੋਆ ਵੀ ਮੌਜੂਦ ਰਹੇ। ਰਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਭਾਰਤ ਨੇ ਫਰਾਂਸ ਤੋਂ 59,000 ਕਰੋੜ ਰੁਪਏ ਵਿੱਚ 36 ਰਫੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਅਤੇ ਸੌਦੇ ਦੀ ਪਹਿਲੀ ਖੇਪ ਵਿੱਚ ਇਹ ਜਹਾਜ਼ ਪ੍ਰਾਪਤ ਹੋਏ। ਰਫੇਲ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ 29 ਜੁਲਾਈ ਨੂੰ ਸ਼ਾਮਲ ਕਰ ਲਿਆ ਜਾਏਗਾ, ਪਰ ਰਸਮੀ ਰੂਪ ਨਾਲ ਇਹਨਾਂ ਨੂੰ ਬੇੜੇ ਵਿੱਚ ਸ਼ਾਮਲ ਕਰਨ ਲਈ ਅਗਲੇ ਮਹੀਨੇ ਇੱਥੇ ਇੱਕ ਸ਼ਾਨਦਾਰ ਆਯੋਜਨ ਕੀਤਾ ਜਾਏਗਾ। ਅੰਬਾਲਾ ਦੇ ਰਨਵੇ 'ਤੇ ਜੈਗੁਆਰ ਸਖੋਈ ਵਰਗੇ ਲੜਾਕੂ ਜਹਾਜ਼ ਦੀ ਖੇਪ ਵੀ ਉਤਰੀ ਸੀ। ਇਹ ਰਨਵੇ ਕਰੀਬ 41 ਸਾਲ ਪਹਿਲਾਂ ਦੀ ਇਤਿਹਾਸਕ ਉਪਲੱਬਧੀ ਦਾ ਵੀ ਗਵਾਹ ਹੈ, ਜਦੋਂ ਬ੍ਰਿਟੇਨ ਤੋਂ ਉਸ ਸਮੇਂ ਦੇ ਸਭ ਤੋਂ ਬਿਹਤਰੀਨ ਲੜਾਕੂ ਜਹਾਜ਼ ਜੈਗੁਆਰ ਦੀ ਖੇਪ ਉਤਾਰੀ ਗਈ ਸੀ। ਕਰੀਬ 18 ਸਾਲ ਪਹਿਲਾਂ ਸਖੋਈ 30 ਭਾਰਤੀ ਹਵਾਈ ਫੌਜ ਦੇ ਵਿੜ ਵਿੱਚ ਸ਼ਾਮਲ ਹੋਇਆ ਸੀ। ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਹਵਾਈ ਫੌਜ ਵਿੱਚ ਸਰਵ ਸ਼ਕਤੀਮਾਨ ਲੜਾਕੂ ਜਹਾਜ਼ ਰਫੇਲ ਅੱਜ ਸ਼ਾਮਲ ਹੋ ਰਿਹਾ ਹੈ। ਰਫੇਲ ਨੂੰ ਭਾਰਤ ਦੇ ਆਉਣ ਵਾਲੀ ਟੀਮ ਵਿੱਚ ਉੱਤਰ ਪ੍ਰਦੇਸ਼ ਬੈਂਕ ਦੇ 2 ਕਮਾਂਡਰ ਮਨੀਸ਼ ਸਿੰਘ ਅਤੇ ਅਭਿਸ਼ੇਕ ਤ੍ਰਿਪਾਠੀ ਸ਼ਾਮਲ ਨੇ। ਰਫੇਲ ਦੇ ਆਉਣ ਦੀ ਮਿਤੀ ਦੇ ਜਾਣਨ ਤੋਂ ਬਾਅਦ ਦੋਵਾਂ ਬੈਂਕ ਕਮਾਂਡਰ ਦੇ ਪਿੰਡਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਰਫੇਲ ਨੇ ਫਰਾਂਸ ਤੋਂ ਅੰਬਾਲੇ ਤੱਕ ਦਾ 7,364 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਰਫੇਲ ਦੇ ਬਾਰੇ ਹੋਰ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।